ਗੁਰਬਚਨ ਸਿੰਘ ਪੁੱਲਰ ਦੀ ਕਹਾਣੀ ਫਤੂ ਮਰਾਸੀ ਫਤੂ ਮਰਾਸੀ ਉਹਦੀ ਘਰ ਵਾਲੀ ਕਰੀਮਾ ਉਹਦੇ ਦੋਵੇਂ ਪੁੱਤਰ ਯੂਸਫ ਤੇ ਹਮੀਦਾ ਇੱਕ ਦਿਨ ਅਚਨ ਚੇਤ ਪਾਕਿਸਤਾਨ ਨੂੰ ਮੁੜ ਕੇ ਪਿੰਡ ਆ ਗਏ ਸਾਰੇ ਪਿੰਡ 'ਚ ਕਰਨ ਲਈ ਹੋਣੀ ਹੋ ਇੱਕ ਗੱਲ ਸੀ ਲੋਕ ਫਤੂ ਤੇ ਉਹਦੇ ਟੱਬਰ ਨੂੰ ਵੇਖਣ ਗਏ ਫਤੂ ਪਿੰਡ ਦੇ ਕੱਲੇ-ਕੱਲੇ ਘਰ ਫਿਰਿਆ ਉਹਨੂੰ ਜਿਵੇਂ ਚਿਰਾਂ ਦੀ ਕੋਈ ਅਣਬੁੱਝ ਤੇ ਲੱਗੀ ਹੋਈ ਸੀ ਤੇ ਉਹ ਘਰੋਂ ਘਰ ਫਿਰ ਕੇ ਮਿਲਨੀਆਂ ਦੀਆਂ ਘੁੱਟਾਂ ਪਰ-ਪਰ ਉਹਨੂੰ ਤ੍ਰਿਪਤ ਕਰਦਾ ਫਿਰਦਾ ਸੀ ਉਹ ਇੱਕ ਘਰੋਂ ਨਿਕਲਦਾ ਦੂਜੇ ਘਰ ਜਾ ਕੇ ਕਹਿੰਦਾ ਚਾਚੀ ਮੱਥਾ ਟੇਕਦਾ ਸੌਣ ਸਿਆਂ ਭਰਾਵਾ ਸਾਸਰੀ ਕਾਲ ਦਿਆਲ ਕੁਰੇ ਪਰਬਾਣੀਆਂ ਆ ਗੁੱਡੀ ਐ ਮਰ ਜਾਣੀ ਮੇਰੇ ਪਿੱਛੋਂ ਪੁੱਛੇ ਸੁੱਖ ਨਾਲ ਮੁਟਿਆਰ ਹੋ ਗਈ ਤੇ ਪਿੰਡ ਦੇ ਪੁਰਾਣੇ ਬੰਦਿਆਂ ਬੁੜੀਆਂ ਕੋਲ ਕਿੰਨਾ ਕਿੰਨਾ ਚਿਰ ਬੈਠਾ ਰਹਿੰਦਾ ਦੁੱਖ ਸੁੱਖ ਦੀਆਂ ਘਰਬਾੜ ਦੀਆਂ ਸਾਖਸਮੰਦੀਆਂ ਦੀਆਂ ਗੱਲਾਂ ਪੁੱਛਦਾ ਦੱਸਦਾ ਰਹਿੰਦਾ ਲੋਕਾਂ ਨੂੰ ਮਿਲਦੇ ਆ ਉਹਦੇ ਅੰਦਰੋਂ ਅਕਸਰ ਮੋਹ ਦੀ ਇੱਕ ਛਲ ਜੀ ਉੱਠਦੀ ਤੇ ਉਹਦਾ ਗळा ਭਰ ਆਉਂਦਾ ਕਈ ਦਿਨ ਫੱਤੂ ਪਿੰਡ ਦੀਆਂ ਗਲੀਆਂ 'ਚ ਭੋਂਦਾ ਫਿਰਿਆ। ਕਰੀਮਾ ਪਿੰਡ ਦੀਆਂ ਬੁੜੀਆਂ ਨੂੰ ਮਿਲਦੀ ਤੇ ਦੁੱਖ ਸੁੱਖ ਕਰਦੀ ਰਹੀ। ਫੱਤੂ ਸੁਖਵੰਤ ਦੇ ਪਿੰਡ ਦਾ ਜੱਦੀ ਮਰਾਸੀ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਸੁਖਵੰਤ ਅਜੇ ਪਿੰਡ ਦੇ ਸਕੂਲ 'ਚ ਹੀ ਪੜਦਾ ਸੀ। ਫੱਤੂ ਦਾ ਮੁੰਡਾ ਯੂਸਫ ਉਹਦਾ ਜਮਾਤੀ ਸੀ। ਭਾਵੇਂ ਯੂਸਫ ਲਾਗੀਆਂ ਦਾ ਮੁੰਡਾ ਸੀ ਪਰ ਉਹਨਾਂ ਦੋਵਾਂ ਦੀ ਵਾਵਾ ਯਾਰੀ ਸੀ। ਕਈ ਵਾਰ ਸੁਖਵੰਤ ਉਹਦੇ ਨਾਲ ਉਹਦੇ ਘਰ ਚਲਾ ਜਾਂਦਾ ਜਿਸ ਦਿਨ ਯੂਸਫ ਦੀ ਸੁੰਨਤ ਹੋਈ ਸੀ। ਉਹਨਾਂ ਦੇ ਘਰ ਉਹਨੇ ਰੱਜ-ਰੱਜ ਸ਼ੱਕਰ ਖਾਧੀ ਸੀ। ਯੂਸਫ ਆਪਣੇ ਤਾਏ ਦੇ ਪੁੱਤਰਾਂ ਦੀ ਰੀਸਨਲ ਫੱਤੂ ਨੂੰ ਚਾਚਾ ਕਹਿੰਦਾ ਸੀ ਫੱਤੂ ਸੁਖਵੰਤ ਦੇ ਬਾਪੂ ਨਾਲੋਂ ਸੀ ਵੀ ਛੋਟਾ ਉਹ ਵੀ ਉਹਨੂੰ ਚਾਚਾ ਆਖ ਕੇ ਬੁਲਾਉਂਦਾ 1947 ਦਾ ਸਾਲ ਚੜ੍ਹਿਆ ਦੂਰੋਂ ਨੇੜੇ ਮੰਦੀਆਂ ਮੰਦੀਆਂ ਕੰਸੂਆ ਆਉਣ ਲੱਗੀਆਂ ਪਰ ਲੋਕਾਂ ਨੂੰ ਸੱਚ ਨਹੀਂ ਸੀ ਆਉਂਦਾ ਇਹ ਕਿਵੇਂ ਹੋ ਸਕਦਾ ਸੀ ਛੇਕੜ ਕਟਾ ਵੱਢੀ ਇਸ ਇਲਾਕੇ 'ਚ ਵੀ ਸ਼ੁਰੂ ਹੋ ਗਈ ਫੱਤੂ ਦਾ ਵਿਚ ਘਰਲਾ ਪੁੱਤਰ ਬਸ਼ੀਰਾ ਨਾਨਕੀ ਗਿਆ ਸੀ ਤੇ ਖਬਰ ਆਈ ਕਿ ਉੱਥੇ ਸਭ ਮੁਸਲਮਾਨ ਵੱਢ ਦਿੱਤੇ ਗਏ ਫੱਤੂ ਦੇ ਪਿੱਛੇ ਜੇ ਵਿਅਾਤੀ ਨਿਆਮਤ ਦੇ ਸੋਹਰੇ ਪਿੰਡ ਵੀ ਇਹੋ ਪਾਣਾ ਵਰਤ ਗਿਆ ਸੀ ਪਰ ਕਿਸੇ ਦੀ ਖਬਰ ਲੈਣ ਦੀ ਸੁਰਤ ਕਿਨੂੰ ਸੀ ਗੱਲਾਂ ਹੋਣ ਲੱਗੀਆਂ ਕਿ 2-4 ਦਿਨਾਂ ਚ ਇਲਾਕੇ ਦੀਆਂ ਧਾੜਾਂ ਨੇ ਪਿੰਡ ਤੇ ਧਾਵਾ ਬੋਲਣਾ ਸੀ ਖੁਦ ਇਸ ਪਿੰਡ ਦੇ ਬਦਮਾਸ਼ ਗੰਡਾਸੇ ਰੇਤਣ ਲੱਗ ਪਏ ਕੁਝ ਕੁ ਜ਼ੋਰ ਵਾਲੇ ਦੇ ਸਿਆਣੇ ਲੋਕਾਂ ਨੇ ਸਲਾਹ ਕੀਤੀ ਵੀ ਪਿੰਡ ਦੇ ਸਾਰੇ ਮੁਸਲਮਾਨਾਂ ਨੂੰ ਪਹਿਰੇ ਹੇਠ ਫਿਰੋਜ਼ਪੁਰ ਕੋਲੋਂ ਹੱਦ ਪਾਰ ਕਰਾਈ ਜਾਏ ਪਿੱਛੋਂ ਪਤਾ ਲੱਗਿਆ ਬਸ਼ੀਰੇ ਦੇ ਸਿਰ 'ਚ ਵੱਜਿਆ ਗੰਡਾਸਾ ਉਦੇ ਨੱਕ ਤੱਕ ਤਸ ਗਿਆ ਸੀ ਤੇ ਨਿਆਮਤ ਦੇ ਘਰ ਵਾਲਿਆਂ ਨੂੰ ਵੱਢ ਕੇ ਬਦਮਾਸ਼ ਉਹਨੂੰ ਚੁੱਕ ਕੇ ਲੈ ਗਏ ਸੀ ਤੇ ਉਧਰੋਂ ਫੱਤੂ ਦੀਆਂ ਤੇ ਪਿੰਡ ਦੇ ਹੋਰ ਕਈ ਮੁਸਲਮਾਨਾਂ ਦੀਆਂ ਚਿੱਠੀਆਂ ਆਉਣ ਲੱਗੀਆਂ ਉਹ ਜੋ ਕੁਝ ਤਰਦਾ ਤਰਦਾ ਘਰਾਂ ਤੋਂ ਚੁੱਕ ਕੇ ਲੈ ਗਏ ਸੀ ਉਹ ਹੱਦ ਪਾਰ ਕਰਦੇ ਅਖਵਾ ਗਏ ਸਨ ਤੇ ਮੂਮਨਾ ਦੀ ਧਰਤੀ ਉੱਤੇ ਉਹਨਾਂ ਨੇ ਖਾਲੀ ਹੱਥੀ ਪੈਰ ਪਾਇਆ ਸੀ ਫੱਤੂ ਦੀਆਂ ਕਈ ਚਿੱਠੀਆਂ ਸੁਖਵੰਦ ਦੇ ਬਾਪੂ ਸੇਵਾ ਸਿੰਘ ਨੂੰ ਆਈਆਂ ਉਹਨਾਂ ਚਾਮ ਸੁਖਸਾਨ ਤੋਂ ਇਲਾਵਾ ਇੱਕੋ ਗੱਲ ਪੁੱਛੀ ਹੋਈ ਹੁੰਦੀ ਬਸ਼ੀਰੇ ਤੇ ਨਿਆਮਤ ਦੇ ਥੋਪਤੇ ਬਾਰੇ ਪਿੱਛੇ ਰਹਿ ਗਏ ਮੁਟਿਆਰਤੀ ਤੇ ਜਵਾਨ ਮੁੰਡਾ ਜਦੋਂ ਫਤੂ ਨੂੰ ਯਾਦ ਆਉਂਦੇ ਉਹਦੀ ਧਾ ਨਿਕਲ ਜਾਂਦੀ ਇਹ ਰੁਦਨ ਉਹਦੀਆਂ ਚਿੱਠੀਆਂ ਚ ਡੁੱਲ ਡੁੱਲ ਪੈਂਦਾ ਉਹਨੇ ਹਿੰਦੁਸਤਾਨ ਚ ਰਹਿ ਗਏ ਬੰਦੇ ਲਿਆਉਣ ਵਾਲੀ ਪਾਕਿਸਤਾਨੀ ਪੁਲਿਸ ਸਕੂਲ ਮੁੜ ਮੁੜ ਨੱਕ ਰਗੜਿਆ ਕਿ ਉਹਨੂੰ ਵੀ ਨਾਲ ਲੈ ਜਾਣ ਤਾਂ ਜੋ ਆਪਣੀਆਂ ਅੰਦਰਾਂ ਦੇ ਟੋਟੇ ਪਾੜ ਲਿਆਵੇ ਪਰ ਉਹਨੂੰ ਹਰ ਵਾਰ ਇਹੋ ਉੱਤਰ ਮਿਲਦਾ ਕਿ ਉਧਰੋਂ ਪਤਾ ਮੰਗਵਾਵੇ ਉਹਦੇ ਧੀ ਪੁੱਤਰ ਕਿੱਥੇ ਹੈ ਤੇ ਉਹਨੂੰ ਨਾਲ ਲੈ ਕੇ ਕਢਵਾ ਲਿਆਉਣਗੇ ਸੇਵਾ ਸਿੰਘ ਨੂੰ ਬੇਨਤੀਆਂ ਕਰਦਾ ਵੀ ਉਹ ਬਸ ਇੱਕ ਵਾਰ ਉਹਦੇ ਬੱਚਿਆਂ ਦੇ ਥਾਂ ਥਾਂ ਟਿਕਾਣੇ ਦੀ ਸੂਹ ਲੈ ਦੇਵੇ ਪਰ ਸੇਵਾ ਸਿੰਘ ਦਾ ਹੌਸਲਾ ਨਾ ਪਿਆ ਕਿ ਉਹ ਸੱਚ ਲਿਖ ਭੇਜੇ ਉਹਨੇ ਜਵਾਬ ਚ ਲਿਖ ਦਿੱਤਾ ਵੀ ਉਹ ਉਹਨੇ ਦੋਹੀ ਪਿੰਡੀ ਕੁਝ ਮੁਸਲਮਾਨ ਮਾਰੇ ਗਏ ਸੀ ਤੇ ਬਾਕੀ ਬਚ ਕੇ ਭੱਜ ਗਏ ਤੇ ਬਸ਼ੀਰੇ ਤੇ ਕੁੜੀ ਦਾ ਕੋਈ ਪਤਾ ਨਹੀਂ ਸੀ ਕੀ ਬਣਿਆ ਤੇ ਫਿਰ ਇਹ ਚਿੱਠੀਆਂ ਵੀ ਬੰਦ ਹੋ ਗਈਆਂ ਅਸਮਾਨ ਉੱਤੇ ਚੜੀ ਨੇਰੀ ਉਤਰ ਗਈ ਲੋਕੀ ਕੀਤੇ ਉੱਤੇ ਪਛਤਾਉਣ ਲੱਗੇ ਫੱਤੂ ਮਰਸੀ ਵਰਗੇ ਬੰਦੇ ਅਕਸਰ ਯਾਦ ਕੀਤੇ ਜਾਂਦੇ ਸੁਖਵੰਤ ਤੋਂ ਆਪਣਾ ਬੇਲੀ ਯੂਸਫ ਭੁਲਾਇਆ ਨਾ ਭੁੱਲਦਾ ਬਰੇ ਬੀਤਦੇ ਗਏ 47 ਤੋਂ ਪਹਿਲਾਂ ਦੀਆਂ ਗੱਲਾਂ 47 ਤੋਂ ਪਹਿਲਾਂ ਦੇ ਬੰਦੇ ਲੋਕਾਂ ਦੇ ਚੇਤਿਆਂ 'ਚ ਕੁਝ ਮੁੱਦਮ ਪੈਣ ਲੱਗ ਪਏ ਸੁਖਵੰਤ ਕਈ ਵਾਰ ਫੱਤੂ ਦੇ ਘਰ ਕੋਲ ਲੰਘਦਾ ਤਾਂ ਉਹਦੇ ਪੈਰ ਜਿਵੇਂ ਰੁਕ ਜਾਂਦੇ ਉਹਨਾਂ ਦਾ ਘਰ ਕਿਸੇ ਨੂੰ ਅਲਾਰਟ ਨਹੀਂ ਸੀ ਹੋਇਆ ਇਸ ਪਿੰਡ ਦੇ ਸਾਰੇ ਮੁਸਲਮਾਨ ਬੇਜ਼ਮੀਨੇ ਲੱਗੀ ਸਨ ਜ਼ਮੀਨਾਂ ਵਾਲੇ ਮੁਸਲਮਾਨਾਂ ਦੇ ਪਿੰਡਾਂ ਦੀਆਂ ਘਰ ਜ਼ਮੀਨਾਂ ਪਾਕਿਸਤਾਨੋਂ ਆਏ ਲੋਕਾਂ ਨੂੰ ਉਲਟ ਹੋ ਗਈਆਂ ਪਰ ਇਹੋ ਜੇ ਪਿੰਡਾਂ 'ਚ ਨਾ ਕੋਈ ਪਾਕਿਸਤਾਨੀ ਆਇਆ ਨਾ ਮੁਸਲਮਾਨਾਂ ਦੇ ਘਰਾਂ ਦਾ ਕੁਝ ਬਣਿਆ ਜਾ ਉਹ ਨਾਲ ਲੱਗਦੇ ਘਰਾਂ ਵਾਲਿਆਂ ਨੇ ਰੋਕ ਲਈ ਤੇ ਜਾਂ ਸੁੰਨੇ ਪੈ ਟਹਿ ਗਏ ਤੇ ਲੋਕਾਂ ਨੇ ਉਥੇ ਰੂੜੀਆਂ ਲਾ ਲਈਆਂ ਫੱਤੂ ਦੇ ਘਰ ਦੇ ਇੱਟਾਂ ਰੋੜੇ ਹੌਲੀ ਹੌਲੀ ਇੱਧਰ ਉੱਧਰ ਹੋ ਗਏ ਤੇ ਹੁਣ ਉਥੇ ਰੜਾ ਮਤਾਨ ਸੀ ਜਿੱਥੇ ਆਮ ਕਰਕੇ ਰਿਆ ਡੰਗਰ ਬੈਠੇ ਉਹ ਗਾਲੀ ਕਰਦੇ ਰਹਿੰਦੇ ਜਦੋਂ ਫਤੂ ਮਰਾਸੀ ਉਹਦੀ ਘਰ ਵਾਲੀ ਕਰੀਮਾ ਉਹਦੇ ਪੁੱਤਰ ਯੂਸਫ ਤੇ ਹਮੀਦਾ ਮੁੜ ਕੇ ਪਿੰਡ ਆਏ ਘਰ ਦੀ ਥਾਂ ਰੜਾ ਮદાન ਵੇਖ ਕੇ ਇੱਕ ਵਾਰ ਤਾਂ ਉਹ ਦਿਲਗੀਰ ਹੋ ਗਏ ਪਰ ਲੋਕਾਂ ਨੇ ਉਹਨਾਂ ਨੂੰ ਦਲਾਸਾ ਦਿੱਤਾ ਕਿ ਜੇ ਹੁਣ ਉਹ ਰਹਿਣ ਲਈ ਆਏ ਆ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ ਸਭ ਉਹਨਾਂ ਦੇ ਨਾਲ ਸੀ ਤੇ ਚੀਜ਼-ਵਸਤ ਤੇ ਪੈਸੇ ਥੇਲੇ ਨਾਲ ਮਦਦ ਕਰ ਦਿੰਦੇ ਕਿਤੋਂ ਕੱਚੀਆਂ ਇੱਟਾਂ ਕਿਤੋਂ ਪੱਕੇ ਰੋੜੇ ਕਿਤੋਂ ਸ਼ਤੀਰ ਕਿਤੋਂ ਕੜੀ ਫਤੂ ਮਰਾਸੀ ਨੇ ਦੋ ਕੋਠੜੀਆਂ ਛੱਤ ਕੇ ਬਾਹਰਲੀ ਕੰਦ ਕਢਵਾ ਲਈ ਕਈ ਦਿਨੋਂ ਘਰ ਘਰ ਅੱਲਾ ਖੈਰ ਕਜਾਉਂਦਾ ਲੋੜੀਂਦੀਆਂ ਚੀਜ਼ਾਂ ਲਿਆਉਂਦਾ ਫਿਰਿਆ ਕੋਠੜੀਆਂ ਦੀ ਛਤਾਈ ਤੋਂ ਵਿਹਲਾ ਹੋ ਕੇ ਉਹਨੇ ਨਵੇਂ ਬਦਲ ਕੇ ਆਏ ਕਿਸੇ ਕਰਮਚਾਰੀ ਵਾਂਗ ਆਪਣੀ ਥਾਂ ਸੰਭਾਲ ਲਈ ਪਿੰਡ 'ਚ ਕਿਸੇ ਦੇ ਵਿਆਹ ਹੁੰਦਾ ਜਾਂ ਮਰਨਾ ਉਹ ਅੱਲਾ ਖੈਰ ਆ ਕੇ ਵਿਹੜੇ 'ਚ ਜਾ ਬੈਠਦਾ ਜੋ ਜੋ ਕੰਮ ਕਹੇ ਜਾਂਦੇ ਉਹ ਭੱਜ-ਭੱਜ ਕਰਦਾ ਰਹਿੰਦਾ ਜਿਸ ਜਿਸ ਬੰਦੇ ਨੂੰ ਬੁਲਾਉਣ ਲਈ ਕਿਹਾ ਜਾਂਦਾ ਉਹ ਭੱਜ-ਭੱਜ ਬੁਲਾ ਲਿਆਉਂਦਾ ਉਹਦਾ ਛੋਟਾ ਪੁੱਤਰ ਹਮੀਦਾ ਜੀ ਨੇ ਪਾਕਿਸਤਾਨ 'ਚ ਨਾਈ ਦਾ ਕੰਮ ਸਿੱਖ ਲਿਆ ਸੀ ਸ਼ਹਿਰ ਦੇ ਇੱਕ ਹਜ਼ਾਮ ਕਲ ਨੌਕਰ ਹੈ ਪਿਆ ਤੇ ਉਹਦਾ ਵੱਡਾ ਪੁੱਤਰ ਯੂਸਫ ਵਿਆਹ ਸ਼ਾਦੀਆਂ ਦੀਆਂ ਗੰਡਾਂ ਤੇ ਸੋਗ ਦੀਆਂ ਸੁਣਾਉਣੀਆਂ ਦੇਣ ਲੋਕਾਂ ਵਿੱਚ ਸਾਖ ਸਕੇਰੀਆਂ ਵਾਲੇ ਪਿੰਡਾਂ 'ਚ ਜਾਂਦਾ ਹਾੜੀ ਦੀ ਫਸਲ ਪੱਕਣ ਤੇ ਆ ਗਈ ਹੁਣ ਤੱਕ ਫੱਤੂ ਨੇ ਕੁਝ ਪੈਸੇ ਤਾਂ ਆਪ ਜੋੜ ਲਏ ਤੇ ਕੁਝ ਰਕਮ ਉਹਨੇ ਘਰ ਘਰ ਤੋਂ ਗ੍ਰਾਹ ਲਏ ਤੇ ਇੱਕ ਟੱਟੂ ਤੇ ਇੱਕ ਟੈਰ ਖਰੀਦ ਲਏ ਹਾੜੀਆਂ ਵੱਡੇ ਜੱਟਾਂ ਤੋਂ ਨੇ ਲਾਂਗਾ ਲੈ ਲੈ ਦਾਣਿਆਂ ਤੇ ਤੂੜੀ ਨਾਲ ਵਾਵਾ ਹੱਥ ਸੁਖਾਲਾ ਕਰ ਲਿਆ ਤੇ ਉਹ ਪਹਿਲਾਂ ਵਾਂਗੀ ਸੌਖੇ ਦਿਨ ਲੰਬਾਉਣ ਲੱਗੇ ਭਾਵੇਂ ਫੱਤੂ ਹੁਣ ਪੂਰੀ ਤਰ੍ਹਾਂ ਸੰਤੁਸ਼ਟ ਸੀ ਜਿਵੇਂ ਕੋਈ ਦੇਸ਼ ਨਿਕਾਲਾ ਕੱਟ ਕੇ ਵਾਪਸ ਆਇਆ ਮਨੁੱਖ ਹੋ ਸਕਦਾ ਪਰ ਬਸ਼ੀਰੇ ਤੇ ਨਿਆਮਤ ਦੀ ਯਾਦ ਉਹਦੀ ਹਿੱਕ 'ਚ ਫੋੜਾ ਬਣ ਗਈ ਕਈ ਵਾਰ ਉਹ ਘਰ ਦੇ ਵਿਹੜੇ ਦੀ ਕੰਧ ਨਾਲ ਪਿੱਠ ਲਾ ਕੇ ਬੈਠ ਜਾਂਦਾ ਤੇ ਹੁੱਕੇ ਦੀ ਨੜੀ ਮੂੰਹ 'ਚ ਲੈ ਕੇ ਅੱਖਾਂ ਮੀਟ ਲੈਂਦਾ ਉਹਨੂੰ ਲੱਗਦਾ ਜਿਵੇਂ ਬਸ਼ੀਰਾ ਤੇ ਨਿਆਮਤ ਵਿਹੜੇ 'ਚ ਖੇਡ ਰਹੇ ਹੋਣ ਗਲੀ 'ਚ ਭੱਜ ਰਹੇ ਹੋਣ ਜਿਵੇਂ ਬਸ਼ੀਰਾ ਬਸਤਾ ਬਨ ਕੇ ਸਕੂਲ ਜਾ ਰਿਹਾ ਹੋਵੇ ਤੇ ਨਿਆਮਤ ਕਰੀਮਾ ਨਾਲ ਹੱਥ ਵਟਾਰੀ ਹੋਵੇ ਤੇ ਫਿਰ ਉਹਨੂੰ ਕਹਿਰ ਭਰੇ ਦਿਨ ਯਾਦ ਆਉਂਦੇ ਅੱਗੇ ਉਹ ਤੋਂ ਕੁਝ ਸੋਚਿਆ ਨਾ ਜਾਂਦਾ ਹੋੱਕੇ ਦੀ ਨਾੜੀ ਨੜੀ ਉਹਦੀ ਖਾਕ ਵਿੱਚੋਂ ਬਾਹਰ ਲਟਕ ਜਾਂਦੀ ਤੇ ਦੋ ਪਤਲੀਆਂ ਧਾਰਾਂ ਬਣ ਕੇ ਉਹਦੇ ਹੰਝੂ ਗੱਲਾਂ ਉਤੋਂ ਦੀ ਵਾਕੇ ਦਾੜੀ ਤੇ ਡਿੱਗ ਪੈਂਦੇ ਉਹ ਮਨ ਨੂੰ ਢਾਰਸ ਬਣਾਉਂਦਾ ਕੁਰਤੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਲ ਜਾਂਦਾ ਕੰਮਾਂ ਧੰਦਿਆਂ 'ਚ ਆਪਣੇ ਆਪ ਨੂੰ ਗਵਾ ਕੇ ਜਿਵੇਂ ਸਭ ਕੁਝ ਭੁੱਲ ਜਾਣ ਦਾ ਯਤਨ ਕਰਦਾ ਰਹਿੰਦਾ ਇੱਕ ਦਿਨ ਮੰਡੀ ਨੂੰ ਜਾਂਦੇ ਸੁਖਵੰਤ ਨੂੰ ਰਾਜ ਫੱਤੂ ਮਿਲ ਪਿਆ ਉਨੇ ਉਹਦੇ ਤਾਏ ਦੇ ਪੁੱਤਰ ਦੇ ਵਿਆਹ ਦੀ ਤਾਰੀਖ ਪੁੱਛੀ ਸੱਤ ਦਿਨ ਦੱਸੇ ਜਾਣਦੇ ਹੋ ਬੋਲੇ ਆ ਚੰਗੀ ਗੱਲ ਪ੍ਰਭਾ ਉਦੋਂ ਤੱਕ ਮੈਂ ਬੋੜਾਂ ਵਾਲੀ ਢਾਪ ਪਟਵਾ ਲਉਂ ਏਉਂ ਲੱਗਦਾ ਜਿਵੇਂ ਮੇਰੇ ਮਗਰੋਂ ਨਗਰ ਖੇੜਾ ਢਾਪ ਪੁੱਟਣੀ ਭੁੱਲ ਗਿਆ ਹੋਵੇ ਮੀ ਪੈਣਗੇ ਪੱਟੇ ਹੋਏ ਟੋਬੇ 'ਚ ਮੱਜਾਂ RAM ਨਾਲ ਤਾਂ ਬੈਠਣਗੇ ਨਾਲੇ ਢਾਪ ਕਿਨਾਰੇ ਦੇ ਸਾਰੇ ਪੇਪਲਾਂ ਬੋੜਾਂ ਦਵਾਲਿਓ ਮਿੱਟੀ ਖੁਰਖੁਰ ਕੇ ਉਹਨਾਂ ਦੀਆਂ ਜਿਹੜਾਂ ਨੰਗੀਆਂ ਹੋਈਆਂ ਪਈਆਂ ਪਾਕਿਸਤਾਨ ਬਣਨ ਤੋਂ ਪਹਿਲਾਂ ਹਰ ਸਾਲ ਫਤੂਆਰ ਕਰਦਾ ਬੋੜਾਂ ਵਾਲੀ ਢਾਬ ਪੁੱਟੀ ਜਾਂਦੀ ਉਹਦਾ ਢੋਲ ਗੂੰਜਦਾ ਹੋਰ ਗੂੰਜਦਾ ਰਹਿੰਦਾ ਕਈਆਂ ਡੂੰਗੀਆਂ ਹੋਰ ਡੂੰਗੀਆਂ ਦਸਦੀਆਂ ਰਹਿੰਦੀਆਂ ਢਾਬ ਦੇ ਚਫੇਰੇ ਖੜੇ ਦਰਖਤਾਂ ਹੇਠ ਚੌਂਤਰੇ ਵੱਜ ਜਾਂਦੇ ਇਹਨਾਂ ਸਾਲਾਂ 'ਚ ਇੱਕ ਦੋ ਵਾਰੀ ਢਾਬ ਦੀ ਮਿੱਟੀ ਕੱਢੀ ਤਾਂ ਗਈ ਪਰ ਨਾ ਬਰਾਬਰ ਸੁਖਵੰਤ ਰੀ ਗਿਆ ਚਾਚਾ ਤੇਰੇ ਬਿਨਾਂ ਜੇ ਢਾਬ ਪੱਟੀ ਵੀ ਤਾਂ ਵੀ ਨਾ ਹੋਇਆ ਵਰਗੀ ਤੂੰ ਹੀ ਹਿੰਮਤ ਕਰੇ ਤਾਂ ਗੱਲ ਬਣੇ ਤੇ ਫੱਤੂ ਨੇ ਢਾਪ ਪੁੱਟਣ ਦਾ ਹੋਕਾ ਦੇ ਦਿੱਤਾ ਅਗਲੇ ਦਿਨ ਲੋਕ ਕਈਆਂ ਲੈ ਕੇ ਜਾਣ ਜੁਟੇ ਫੱਤੂ ਢੋਲ ਵਜਾਉਂਦਾ ਹੋਇਆ ਕਦੀ ਢਾਪ ਪੁੱਟਦੇਆਂ ਨੂੰ ਹੱਲਾਸ਼ੇਰੀ ਦਿੰਦਾ ਕਦੇ ਪਿੰਡ 'ਚ ਗੇੜਾ ਦੇ ਕੇ ਹੋਰ-ਹੋਰ ਲੋਕਾਂ ਨੂੰ ਘਰਾਂ 'ਚੋਂ ਕੱਢਦਾ ਬੁੜੀਆਂ ਨੂੰ ਗੁੜ ਚਾਹ ਤੇ ਦੁੱਧ ਭੇਜਣ ਲਈ ਆਖਦਾ ਤਿੰਨ ਦਿਨਾਂ 'ਚ ਲੋਕਾਂ ਨੇ ਭੂਤਾਂ ਵਾਂਗ ਲੱਕੇ ਸਾਰੀ ਢਾਪ ਪੁੱਟ ਸੁੱਟੀ ਤੇ ਫੱਤੂ ਨੇ ਢੋਲ ਗਲੋਂ ਲਾਇਆ ਕੱਲ ਤੋਂ ਸੁਖਵੰਤ ਦੇ ਤਾਈ ਦੇ ਘਰ ਵਿਆਹ 'ਚ ਉਰੀ ਵਾਂਗ ਘੁੰਮਦਾ ਫਿਰਦਾ ਸੀ ਇਸ ਵਿਆਹ ਚ ਲਿਖਾ ਪੜੀ ਵਾਲਾ ਗਿਣਤੀ ਮਿੰਨਤੀ ਵਾਲਾ ਸਾਰਾ ਕੰਮ ਸੁਖਵੰਤ ਜਿੰਮੇ ਲੱਗਿਆ ਸੀ। ਕੱਲ ਮੰਜੇ ਬਿਸਰੇ ਇਕੱਠੇ ਕੀਤੇ ਫੱਤੂ ਦੋ ਲਾਗੀਆਂ ਨੂੰ ਨਾਲ ਲੈ ਕੇ ਸੱਤ ਅੱਠ ਘਰ ਪੁੱਛ ਜਾਂਦਾ ਤੇ ਵਾਪਸ ਆ ਕੇ ਕੱਲੇ-ਕੱਲੇ ਮੰਜੇ ਬਿਸਰੇ ਤੇ ਸੁਖਵੰਤ ਤੋਂ ਮਾਲਕ ਦੇ ਨਾਮ ਵਾਲੀਆਂ ਪਰਚੀਆਂ ਲਵਾ ਦਿੰਦਾ। ਤੇ ਅੱਜ ਪਿਛਲੇ ਪੈਰ ਨਹੀਂ ਆਉਂਦਾ ਪਹਿਣਾ ਸੀ ਤੇ ਸੁਖਵੰਤ ਨੇ ਤਾਈ ਦੀ ਵਹੀ ਫਰੋਲ ਕੇ ਜਿਨ੍ਹਾਂ ਘਰਾਂ ਨਾਲ ਉਹਨਾਂ ਦਾ ਨਿਉਂਦੇ ਸਲਾਮੀ ਦਾ ਲੈਣ ਦੇਣ ਸੀ ਉਹਨਾਂ ਘਰਾਂ ਦੀ ਸੂਚੀ ਕਾਪੀ ਤੇ ਬਣਾ ਲਈ। ਫੱਤੂ ਨੇ ਸੁਖਵੰਤ ਨੂੰ ਕਿਹਾ ਵੀ ਉਹ ਉਹਨੂੰ ਇੱਕ ਪਾਸੇ ਦੇ 15-20 ਘਰ ਗਿਣਾ ਦੇਵੇ। ਇਧਰ ਕੰਮ ਮੁਕਾ ਕੇ ਫਿਰ ਉਹ ਦੂਜੇ ਪਾਸੇ ਦੇ ਘਰਾਂ ਦੇ ਨਾਮ ਪੁੱਛ ਕੇ ਉਧਰ ਚੱਲਿਆ ਜਾਊਗਾ। ਸੁਖਵੰਤ ਨੇ ਫਤੂ ਨੂੰ ਇੱਕ ਪਾਸੇ ਦੇ 18 ਘਰ ਗਿਣਾਤੇ ਉਹਨੇ ਇੱਕ ਵਾਰ ਉਹਨਾਂ ਸਾਰੇ ਘਰਾਂ ਦਾ ਨਕਸ਼ਾ ਦਿਮਾਗ 'ਚ ਬਣਾਇਆ। ਫਿਰ ਆਪਣੀ ਤਰਤੀਬ ਅਨੁਸਾਰ ਉਹਨੇ 18 ਦੇ 18 ਘਰ ਸੁਖਵੰਤ ਸਾਹਮਣੇ ਗਿਣੇ ਚਾਰੇ ਘਰ ਦਫੇਦਾਰਾਂ ਦੇ, ਤਿੰਨ ਘਰ ਪੰਚਾਂ ਦੇ, ਤਿੰਨੇ ਘਰ ਨੰਗ ਪਹਿਰਿਆਂ ਦੇ। ਦੋਵੇਂ ਘਰ ਚੜੀ ਮਾਰਾਂ ਦੇ ਸੁਰਜਨ ਕਾ ਗੁੱਦੇ ਕਾ ਮੱਖਣ ਸਿਉਂ ਕਾ ਦਰਬਾਰਾ ਸਿਉਂ ਕਾ ਦਿਆਲੇ ਕਾ ਸੁਰਤੇ ਕਾ ਤੇ ਖੱਬੇ ਮੋਢੇ ਉੱਤੇ ਪਰਣਾ ਠੀਕ ਕਰਦਿਆ ਨਿਮ ਨਾਲ ਖੜੀ ਕੀਤੀ ਛੁੱਟੀ ਚੁੱਕੀ ਤਿੱਖੀ ਤੋਰ ਤੁਰ ਗਿਆ ਸੁਖਵੰਤ ਫੱਤੂ ਦੇ ਤੇ ਮਰਾਸੀ ਜਾਤ ਦੇ ਤੇਜ਼ ਚੇਤੇ ਬਾਰੇ ਸੋਚਦਾ ਨਿਮਹਿਟ ਖੁੰਡ ਤੇ ਬੈਠ ਗਿਆ ਪਾਕਿਸਤਾਨ ਬਣਨ ਤੋਂ ਪਹਿਲਾਂ ਖੁਸ਼ੀ ਗਮੀ ਦੇ ਵਿਆਹ ਸੋਗ ਦੇ ਹਰ ਮੌਕੇ ਤੇ ਪਿੰਡਾਂ ਚ ਮਰਾਸੀ ਹਾਜ਼ਰ ਹੁੰਦੇ ਇੱਕ ਵਾਰ ਗੱਲ ਸਮਝਾ ਦਿਓ ਘਰ ਗਿਣਾ ਦਿਓ ਬੰਦੇ ਦੱਸ ਦਿਓ ਕੀ ਮਜਾਲ ਇੱਕ ਵੀ ਓਕਾਈ ਹੋ ਜਾਏ ਨਾ ਕੰਮ ਤੋਂ ਟਲ ਨਾ ਨਾਕਣਾ ਨਾ ਥੱਕਣਾ ਕਈ ਦਿਨ ਹੋਏ ਸੁਖਵੰਤ ਗੁਰਦੁਆਰੇ ਅਖਬਾਰ ਪੜਨ ਗਿਆ ਸੀ ਤਾਂ ਭਾਈ ਜੀ ਵੀ ਫਤੂ ਨੂੰ ਕਹਿ ਰਿਹਾ ਸੀ ਮਰਦਾਨੇ ਕਿਆ ਤੇਰੇ ਬਿਨਾ ਬੜੀ ਔਕ ਕੱਟੀ ਆਪਣੇ ਪਿੰਡ ਦੇ ਤਾਂ ਕੀਰਤਨੀਏ ਸਿੰਘ ਹੀ ਇਕੱਠੇ ਕਰ ਰਹੇ ਕਿਸੇ ਯੋਧੇ ਦਾ ਕੰਮ ਹੈ ਤੇਰੇ ਮਗਰੋਂ ਚੌਕੀਦਾਰ ਨੂੰ ਕਹੀਦਾ ਸੀ ਤਾਂ ਜਿਵੇਂ ਸੱਪ ਲੜ ਜਾਂਦਾ ਸੀ ਉਹਦੇ ਹਰ ਵਾਰ ਇਹੋ ਕਹਿੰਦਾ ਭਾਈ ਜੀ ਇੱਕ ਕੀਰਤਨੀਆ ਸਿੱਖ ਪਿੰਡ ਦੇ ਇੱਕ ਸਿਰੇ ਦੂਜੇ ਦੂਜਾ ਦੂਜੇ ਸਿਰੇ ਤੀਜਾ ਤੀਜੇ ਸਿਰੇ ਮੇਰੇ ਤੱਕ ਗੁੱਡੇ ਰਹਿ ਜਾਂਦੇ ਆ ਤੇ ਫਤੂ 47 ਤੋਂ ਪਹਿਲਾਂ ਵਾਂਗੀ ਜਿਸ ਦਿਨ ਕਿਸੇ ਦੇ ਘਰ ਆਸਾ ਦੀ ਵਾਰ ਦਾ ਕੀਰਤਨ ਹੋਣਾ ਹੁੰਦਾ ਸਵੇਰੇ ਕੁੱਕੜ ਦੀ ਪਹਿਲੀ ਬਾਗ ਨਾਲ ਉੱਠਦਾ ਸਾਰੇ ਕੀਰਤਨੀਆਂ ਨੂੰ ਘਰ-ਘਰ ਜਾ ਕੇ ਕਢਦਾ ਫਿਰ ਵਾਜਾ ਵਜਾਉਣ ਵਾਲੇ ਨੀਤਰ ਹੀਨੰਦ ਸਿੰਘ ਨੂੰ ਡੌਲਿਓਂ ਫੜ ਕੇ ਆਪ ਕੀਰਤਨ ਵਾਲੇ ਘਰ ਜਾ ਪੁੱਜਦਾ ਫਤੂ ਉਹ ਨਹੀਂ 18 ਘਰੀਂ ਆਕੇ ਮੁੜਿਆ ਤਾਂ ਰਾਜ ਸੰਤੇ ਨਾਈ ਦੇ ਦਰਵਾਜ਼ੇ 'ਚ ਪੇਕੇ ਮਿਲਣ ਆਈ ਉਹਦੀ ਭੈਣ ਹਰਕੌਰ ਬੈਠੀ ਸੀ ਖੋਰ ਟੱਬਰ ਅੰਦਰ ਸੀ ਸੁਖਸਾਂਤ ਪੁੱਜ ਕੇ ਤੇ ਫੱਤੂ ਹਰਕੋਰ ਦੇ ਮੰਜੇ ਕੋਲ ਭੁੰਜੇ ਬੈਠ ਗਿਆ ਉਹ ਬੀਤੇ ਸਮੇਂ ਦੀ ਉਸ ਸਵਾਰ ਨੂੰ ਪਰੋਲਦੇ ਰਹਿ ਜਿਹੜੀ ਕਦੀ ਲੱਟ ਲੱਟ ਬਲਦੀ ਅੱਗ ਸੀ ਤੇ ਹੁਣ ਸਮੇਂ ਦੀਆਂ ਸੱਟਾਂ ਨਾਲ ਉਮਰ ਦੇ ਬੀਤਰ ਨਾਲ ਬੁੱਝਿਆਂ ਵਰਗੀ ਹੋਈ ਪਈ ਸੀ ਉੱਠਣ ਲੱਗਿਆ ਫੱਤੂ ਆਪਣੀ ਕਮੀਜ਼ ਦੀ ਬਾਹਂ ਚਾੜ੍ਹਦਿਆਂ ਬੋਲਿਆ ਤੇ ਹੁਣ ਤਾਂ ਹਰਕੋਰੇ ਢੋਲੇ ਵੀ ਆ ਗਏ ਇੱਕ ਵਾਰੀ ਇੱਧਰ ਸਭ ਕੁਝ ਛੱਡਿਆ ਦੂਜੀ ਵਾਰੀ ਉੱਧਰ ਸਭ ਕੁਝ ਛੱਡਿਆ ਪਰ ਗੁਰੂ ਸਰ ਦੇ ਮੇਲੇ ਤੋਂ ਲਿਆਂਦਾ ਤੇਰਾ ਚਾਂਦੀ ਦਾ ਤਵੀਤ ਅਜੇ ਵੀ ਮੇਰੇ ਡੋਲੇ ਨਾਲ ਬੰਨਿਆ ਹੋਇਆ ਇਹ ਤੋਂ ਅੱਗੇ ਉਹਨਾਂ ਦੇ ਕਰਨ ਵਾਲੀ ਕੋਈ ਗੱਲ ਨਹੀਂ ਸੀ ਰਹੀ ਤੇ ਉੱਥੋਂ ਉੱਠ ਕੇ ਬੜੇ ਕਾਲੇ-ਕਾਲੇ ਪੈਰੀ ਸੁਖਵੰਤ ਦੇ ਘਰ ਵੱਲ ਤੁਰ ਪਿਆ ਅੱਲਾ ਖੈਰ ਆ ਕੇ ਫਤੂ ਸੁਖਵੰਤ ਦੇ ਸਾਹਮਣੇ ਖਲੋ ਗਿਆ ਲੈ ਪ੍ਰਵਾ ਉਹਨੇ ਠਾਰੀ ਘਰੀ ਹੋਇਆ ਆ ਕਾਪੀ ਖੋਲ ਕੇ ਮਲਾ ਲਾ ਕਿਸੇ ਹੋਰ ਦੇ ਹੀ ਨਾ ਕਹਿ ਆ ਆ ਤੇ ਉਹਨੇ ਫਟਾਫਟ ਘਰ ਗਣੋਣੇ ਸ਼ੁਰੂ ਕਰਤੇ ਚਾਚੇ ਘਰ ਦਾ ਫਿਰ ਚਾਰੇ ਘਰ ਦਾ ਫੇਦਾਰਾਂ ਦੇ ਤਿੰਨ ਘਰ ਸਰਪੰਚ ਕੇ ਤਿੰਨੇ ਘਰ ਲੰਗ ਪਹਿਰਿਆਂ ਦੇ ਦੋਵੇਂ ਘਰ ਚਿੜੀ ਮਾਰਾਂ ਦੇ ਸੁਰਜਣ ਕਾ ਬਸ ਬਸ ਠੀਕ ਹੈ ਚਾਚਾ ਭਲਾ ਤੂੰ ਭੁੱਲ ਕੇ ਔਰ ਕਿਸੇ ਘਰ ਆਖਦਵੇਂ ਸੁਖਵੰਤ ਬੋਲਿਆ ਚਾਹ ਹੁੰਦੀ ਐ ਦੂਜੇ ਪਾਸੇ ਪੀ ਕੇ ਹੀ ਜਾਏ ਬੈਠ ਜਾ ਫੱਤੂ ਉਹਦੇ ਸਾਹਮਣੇ ਧਰਤੀ ਤੇ ਹੀ ਪੈਰਾਂ ਭਾਰ ਬੈਠ ਗਿਆ ਸੁਖਵੰਤ ਫੱਤੂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਜਦੋਂ ਤੋਂ ਫੱਤੂ ਪਾਕਿਸਤਾਨੋਂ ਮੁੜਿਆ ਸੀ ਤੇ ਯੂਸਫ ਨਾਲ ਇੱਕ ਦੋ ਵਾਰ ਸੁਖਵੰਤ ਦੀਆਂ ਗੱਲਾਂ ਹੋਈਆਂ ਇੱਕ ਸਵਾਲ ਉਹਦੇ ਮਨ ਚਟਕਿਆ ਹੋਇਆ ਸੀ ਯੂਸਫ ਕੋਲੋਂ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਮਿਲਿਆ ਉਹ ਤਾਂ ਸਾਰਾ ਟੱਬਰ ਫੱਤੂ ਪਿੱਛੇ ਲੱਗਦੇ ਸੀ ਜਿਵੇਂ ਉਹਨੇ ਕਿਹਾ ਉਹਨਾਂ ਨੇ ਕੀਤਾ ਯੂਸਫ ਦੇ ਦੱਸਣ ਅਨੁਸਾਰ ਉਹਨਾਂ ਨੂੰ ਕੁਝ ਚਿਰ ਪਟਕ ਕੇ ਪਾਕਿਸਤਾਨ ਚ ਘਵਾਵਾ ਸਿਰ ਟਕਣ ਜੋਗਾ ਘਰ ਮਿਲ ਗਿਆ ਜਿਸ ਚ ਜੇ ਨਿੱਕਾ ਮੋਟਾ ਸਮਾਨ ਵੀ ਪਿਆ ਸੀ ਤੇ ਉਹਨਾਂ ਨੇ ਆਪਣੀ ਹਿੰਮਤ ਨਾਲ ਕਮਾਈ ਕਰਕੇ ਰਜਵੀ ਰੋਟੀ ਖਾਣੀ ਸ਼ੁਰੂ ਕਰਤੀ ਫਿਰ ਇੱਕ ਕਿਵੇਂ ਹੋਇਆ ਕਿ ਫਤੂ ਇੰਨੇ ਸਾਲਾਂ ਪਿਛੋਂ ਪਰਤ ਕੇ ਇੱਧਰ ਆ ਗਿਆ ਗੱਲਾਂ ਚ ਲੱਗੇ ਫਤੂ ਨੂੰ ਉਹਨੇ ਇਹ ਸਵਾਲ ਵੀ ਕਰਤਾ ਚਾਚਾ ਪਤਾ ਲੱਗਿਆ ਤੂੰ ਉਥੇ ਵਾਵਾ ਗੁਜ਼ਾਰੇ ਜੋਗਾ ਕੰਮ ਤੋੜ ਲਿਆ ਸੀ ਫਿਰ ਤੈਨੂੰ ਅਚਾਨਕ ਇੱਥੇ ਆਉਣ ਦੀ ਕੀ ਸੁੱਝੀ ਪ੍ਰਭਾ ਆਪ ਦੇ ਪ੍ਰਭਾਵ ਦੇ ਹੁੰਦੇ ਆ। ਉਹਦੀਆਂ ਅੱਖਾਂ 'ਚ ਸਿੱਧਾ ਤੇ ਡੂੰਘਾ ਝਾਕਿਆ। ਚਾਚਾ ਪੁਰਾਣੀਆਂ ਗੱਲਾਂ ਯਾਦ ਕਰਕੇ ਦੁਖੀ ਨਾ ਹੋਈ। ਪਰ ਜਿਨ੍ਹਾਂ ਨੇ ਤੇਰਾ ਬਸ਼ੀਰਾ ਵੱਢ ਸੁਟਿਆ, ਤੇਰੀ ਨਿਆਮਤ ਨੂੰ ਪਤਾ ਨਹੀਂ ਕਿੱਥੇ ਖਪਾਤਾ। ਉਹ ਤੇਰੇ ਆਪ ਦੇ ਪ੍ਰਭ ਕਿਵੇਂ ਹੋਈ? ਸੁਖਵੰਦ ਉਹਦੇ ਨਾਲ ਵਾਪਰੀ ਨੂੰ ਚੇਤੇ ਕਰਕੇ ਭਾਵੁਕ ਹੋ ਗਿਆ। ਫਤੂ ਇੱਕਦਮ ਉਦਾਸ ਹੋ ਗਿਆ। ਉਹਦੀਆਂ ਅੱਖਾਂ ਵਹਿ ਧਰਿਆ। ਉਹ ਜਿਵੇਂ ਪੈਰਾਂ ਪਾਰ ਬੈਠਾ ਨਾ ਰਹਿ ਸਕਿਆ। ਉਹਨੇ ਥੁੰਜੇ ਚੌਂਕੜੀ ਮਾਰ ਲਈ। 2 ਮਿੰਟੋ ਚੁੱਪ ਬੈਠਾ ਮਿੱਟੀ ਫਰੋਲਦਾ ਰਿਹਾ। ਜਿਵੇਂ ਸੰਘ ਚੋਂ ਕੁਝ ਹੀਠਾਂ ਉਤਾਰ ਰਿਆ ਹੋਵੇ ਜਾਂ ਇਸ ਮਿੱਟੀ ਚ ਗਵਾਚੇ ਬਸ਼ੀਰੇ ਤੇ ਨਿਆਮਤ ਦੇ ਨਕਸ਼ ਲੱਭ ਰਿਆ ਹੋਵੇ ਫਿਰ ਮੋਢੇ ਤੇ ਰੱਖੇ ਪਰਨੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਲਦਿਆਂ ਬੋਲਿਆ ਉਹ ਤਾਂ ਪਰਵਾਇ ਘਨੇਰੀ ਸੀ ਕਾਲੀ ਬੋਲੀ ਨੇਰੀ ਸਭ ਦੀ ਮੱਤ ਮਾਰੀ ਗਈ ਸੀ ਕਿਸੇ ਦਾ ਕੀ ਦੋਸ਼ ਉਹ ਤਾਂ ਅੱਲਾ ਦਾ ਹੀ ਕੋਈ ਤੈਅਰ ਸੀ ਨੇਰੀ ਆਈ ਲੰਘ ਗਈ ਹੁਣ ਯਾਦ ਕੀਤੇ ਕਿਹ ਫਾਇਦਾ ਉਹਦੇ ਜਵਾਬ ਨਾਲ ਸੁਖਵੰਤ ਨੂੰ ਤਸੱਲੀ ਨਾ ਹੋਈ ਨਹੀਂ ਚਾਚਾ ਮਨ ਚਾਹੀ ਨਾ ਪਾਕਿਸਤਾਨ ਤੇ ਜ਼ਰੂਰ ਔਖਾ ਰਿਆ ਹੋਵੇਗਾ ਸੁਣਿਆ ਉੱਥੋਂ ਦੇ ਲੋਕਾਂ ਦੀ ਹਾਲਤ ਇਧਰ ਨਾਲੋਂ ਵੀ ਮੰਦੀ ਹੈ ਹਾਲ ਹੂਲ ਤਾਂ ਪ੍ਰਭਾ ਸਾਰੀ ਇਹੋ ਜਿਹੀ ਹੈ ਦਿਨ ਲੰਘੀ ਜਾਂਦੇ ਜੀ ਉਹਨੇ ਡੱਕੇ ਨਾਲ ਪੁੱਟੀ ਮਿੱਟੀ ਚੁੰਗਲਾ ਫੇਰਦਿਆਂ ਆਖਿਆ ਪਰ ਫਿਰ ਤੈਨੂੰ ਕੀ ਆਫਤ ਪਈ ਸੀ ਇੱਕ ਵਾਰ ਤਾਂ ਇੱਥੇ ਵਸਦਾ ਰਸਤਾ ਘਰ ਡਾਢਿਆਂ ਦੇ ਪਾਕਿਸਤਾਨ ਬਣਾਉਣ ਵੇਲੇ ਛੱਡ ਗਿਆ ਹੁਣ ਦੂਜੀ ਵਾਰ ਆਪਦਾ ਪਾਕਿਸਤਾਨ ਆਪੇ ਬਣਾ ਕੇ ਘਰ ਘਾਟ ਛੱਡ ਆਇਆ ਫੱਤੂ ਨੀਵੀਂ ਪਾ ਕੇ ਚੁੱਪ ਕਰ ਗਿਆ ਸੁਖਵੰਤ ਉਸ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਛ ਨਾ ਚੇਕੜ ਫਤੂ ਨੇ ਉਹਦੀਆਂ ਅੱਖਾਂ 'ਚ ਆਪਣੀਆਂ ਤਿੱਖੀਆਂ ਭਖਦੀਆਂ ਅੱਖਾਂ ਪਾਈਆਂ ਤੇ ਬੋਲਿਆ ਪ੍ਰਭਾ ਉਹ ਘਰ ਘਾਟ ਮੇਰਾ ਕਾਹਦਾ ਸੀ ਹਿੰਦੁਸਤਾਨੀ ਸਾਨੂੰ ਰਹਿਣ ਨਹੀਂ ਸੀ ਦਿੱਤਾ ਗਿਆ ਪਾਕਿਸਤਾਨੀ ਸਾਨੂੰ ਸਮਝਦਾ ਕੋਈ ਨਹੀਂ ਸੀ ਤੇ ਅਸੀਂ ਤਾਂ ਮੁਹਾਜਰ ਸੀ ਰੈਫਿਊਜੀ ਵਿਚਾਰੇ ਤੇ ਫਿਰ ਉਹਨੇ ਇੱਕਦਮ ਆਪਣੇ ਸਾਹਮਣੇ ਉਹ ਮਿੱਟੀ ਦੀ ਮੁਠੀ ਚੱਕ ਕੇ ਅੱਖਾਂ ਮੀਟਦਿਆਂ ਆਪਣੇ ਮੱਥੇ ਨੂੰ ਲਾਈ ਪ੍ਰਭਾ ਜੇ ਸੱਚ ਪੁੱਛੇ ਮੈਨੂੰ ਇਹਦੀ ਖਿੱਚ ਨੇ ਮਾਰਿਆ ਉੱਥੇ ਇਹ ਨਹੀਂ ਸੀ ਧੰਨਵਾਦ